ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਫਿਰ ਥੋੜ੍ਹੀ ਜਿਹੀ ਗੱਲ ਕਰਾਂਗੇ ਜਿਹੜੀ ਕਰੰਟ ਮਹਾਂਮਾਰੀ ਕੋਰੋਨਾ ਵਾਇਰਸ ਚੱਲ ਰਹੀ ਹੈ ਇਹ ਅਸੀਂ ਸਾਰੇ ਹੀ ਇਹਦੇ ਬਾਰੇ ਨਵੀਂ ਤੋਂ ਨਵੀਂ ਗੱਲਾਂ ਸਿੱਖ ਰਹੇ ਹਾਂ ਜਿੱਦਾਂ ਕਿ ਯੂਨਾਈਟਿਡ ਸਿੱਖਸ ਵਾਲੇ ਸੇਵਾਦਾਰ ਅੱਜ ਕੱਲ੍ਹ ਬਹੁਤ ਹੁੰਮਾ ਕੇ ਨਿਊਯਾਰਕ ਦੇ ਵਿੱਚ ਔਰ ਹੋਰ ਸਟੇਟਸ ਦੇ ਵਿੱਚ ਆਪਣਾ ਕੰਮ ਕਰ ਰਹੇ ਨੇ ਔਰ ਕਮਿਊਨਿਟੀ ਸੇਵਾ ਕਰ ਰਹੇ ਅਸੀਂ ਵੀ ਆਪਣਾ ਕੰਮ ਕਰੀਏ ਕਿ ਇਸ ਜਿੰਨਾ ਹੋ ਸਕੇ ਇਸ ਮਹਾਂਮਾਰੀ ਬਾਰੇ ਇਸ ਵਾਇਰਸ ਬਾਰੇ ਜਾਣੀਏ ਤਾਂ ਕਿ ਅਸੀਂ ਆਪਣੇ ਆਪ ਨੂੰ ਪ੍ਰੋਟੈਕਟ ਕਰ ਸਕੀਏ ਅਤੇ ਨਾਲ ਇਹ ਕਮਿਊਨਿਟੀ ਦੇ ਵਿੱਚ ਜ਼ਿਆਦਾ ਸਪਰੈਡ ਰੋਕ ਸਕੀਏ ਅੱਜ ਜੋ ਅਸੀਂ ਗੱਲਾਂ ਕਰਾਂਗੇ ਉਹ ਇਹਦੇ ਬਾਰੇ ਕੋਈ ਨਵੀਂ ਡਿਟੇਲਸ ਪਤਾ ਲੱਗੀਆਂ ਨੇ ਉਹਦੇ ਬਾਰੇ ਅਤੇ ਹੋਰ ਆਹ ਬਿਮਾਰੀ ਕਿੰਨੀ ਫੈਲੀ ਹੈ ਅਤੇ ਅਸੀਂ ਇਸ ਦੇ ਵਿੱਚ ਕਿੱਦਾਂ ਅਸੀਂ ਇਹਨੂੰ ਟਰਾਂਸਮਿਸ਼ਨ ਹੋਣ ਤੋਂ ਅੱਗੇ ਬਚਾ ਸਕਦੇ ਹਾਂ ਅਤੇ ਸੋਸ਼ਲ ਡਿਸਟੈਂਸਿੰਗ ਕੀ ਹੈ। ਜਿੱਦਾਂ ਕਿ ਅਸੀਂ ਜਾਣਦੇ ਹਾਂ ਕਿ ਇਹ ਵਾਇਰਸ ਕੋਵਿਡ-19 ਇੱਕ ਕੋਰੋਨਾ ਵਾਇਰਸ ਦੀ ਫੈਮਿਲੀ ਦਾ ਹੀ ਵਾਇਰਸ ਹੈ। ਇਹ ਪਹਿਲਾਂ ਵੀ ਬਹੁਤ ਪਹਿਲਾਂ ਤੋਂ ਇਹ ਚੱਲਦਾ ਰਿਹਾ ਵਾਇਰਸ, ਪਰ 1960 ਦੇ ਵਿੱਚ ਪਤਾ ਲੱਗਿਆ ਸੀ ਕਿ ਇਹ ਐਨੀਮਲਸ ਤੋਂ ਹਿਊਮਨ ਦੇ ਵਿੱਚ, ਯਾਨੀ ਕਿ ਜਾਨਵਰਾਂ ਤੋਂ ਇਨਸਾਨ ਦੇ ਵਿੱਚ ਵੀ ਵਾਇਰਸ ਇਨਫੈਕਸ਼ਨ ਕਰ ਸਕਦਾ ਹੈਗਾ। ਉਸ ਤੋਂ ਬਾਅਦ ਕਈ ਵਾਰੀ ਇਹਨਾਂ ਦੇ ਇਨਫੈਕਸ਼ਨ ਆਏ ਹੈ ਜਿਹਦਾ ਨਾਮ ਪਹਿਲਾਂ ਰੱਖਿਆ ਸੀ ਮਰਸ ਅਤੇ ਸਾਰਸ, ਪਰ ਇਹ ਵਾਲਾ ਵਾਇਰਸ ਜਿਹੜਾ ਇਹਦਾ ਨਾਮ ਕੋਵਿਡ-19 ਜਿਹੜਾ ਰੱਖਿਆ ਗਿਆ ਸੀ ਜੋ ਵੂਹਾਨ ਚਾਈਨਾ ਸ਼ੁਰੂ ਹੋਇਆ ਸੀਗਾ, ਇਹਦਾ ਨਾਮ ਗਿਆ ਫਰਵਰੀ 2020 ਦੇ ਵਿੱਚ ਦਿੱਤਾ ਗਿਆ ਸੀਗਾ, ਕਿਉਂਕਿ ਇਹ ਉਦੋਂ ਪਤਾ ਲੱਗਿਆ ਸੀ ਕਿ ਸ਼ਾਇਦ ਇਹ ਵਾਇਰਸ ਵੀ ਪਿਛਲੇ ਵਾਇਰਸ ਤਰ੍ਹਾਂ ਐਨੀਮਲਸ ਤੋਂ ਚਮਗਾਦੜ ਔਰ ਚਮਗਾਦੜ ਤੋਂ ਫਿਰ ਸੀ ਫੂਡ ਦੇ ਵਿੱਚ ਜਾ ਕੇ ਜਿਵੇਂ ਕਿ ਮੱਛੀ ਮਾਸ ਵਗੈਰਾ, ਉਸ ਤੋਂ ਬਾਅਦ ਫਿਰ ਇਹ ਵਾਇਰਸ ਸ਼ਾਇਦ ਹਿਊਮਨ ਦੇ ਵਿੱਚ ਆਇਆ ਹੈ। ਇਹ ਸਾਰੀਆਂ ਹਜੇ ਇਹਨਾਂ ਦੀ ਪ੍ਰਡਿਕਸ਼ਨਸ ਨੇ, ਕੁਝ ਪੱਕਾ ਨਹੀਂ, ਪਰ ਜਿੱਦਾਂ ਤੱਕ ਪਤਾ ਲੱਗਿਆ ਹੈ ਉਹ ਇਹੀ ਹੈ ਕਿ ਇਹ ਵੂਹਾਨ ਦੇ ਵਿੱਚ ਉੱਥੋਂ ਸ਼ੁਰੂ ਹੋਇਆ ਸੀਗਾ। ਇਹ ਬੜਾ ਇੰਪੋਰਟੈਂਟ ਹੈ ਕਿ ਅਸੀਂ ਦੇਖੀਏ ਕਿ ਅੱਜ ਬਿਮਾਰੀ ਦਾ ਅੱਜ ਕਰੰਟ ਸਟੇਟਸ ਕੀ ਹੈ। ਜਿੱਦਾਂ ਕਿ ਅਸੀਂ ਦੇਖ ਸਕਦੇ ਹਾਂ ਕਿ ਅੱਜ ਆਲਰੇਡੀ 7 ਲੱਖ ਤੋਂ ਉੱਪਰ ਕੇਸਿਸ ਹੋ ਚੁੱਕੇ ਨੇ ਔਰ 33,000 ਤੋਂ ਉੱਪਰ ਡੈਥ ਹੋ ਚੁੱਕੀਆਂ ਵਰਲਡ ਵਾਈਡ। ਇਹ ਬੜਾ ਇੰਪੋਰਟੈਂਟ ਹੈ ਅਸੀਂ ਦੇਖੀਏ ਕਿ ਅਮੈਰੀਕਾ ਦੇ ਵਿੱਚ 1,36,000 ਕੇਸ ਹੋ ਚੁੱਕੇ ਹੈ ਔਰ ਪਿਛਲੇ 24 ਘੰਟੇ ਦੇ ਵਿੱਚ 13,000 ਕੇਸ ਹੋਏ ਹੈ ਔਰ ਟੋਟਲ ਡੈਥ ਅੱਜ ਤੱਕ ਜਿਹੜੀਆਂ ਨੇ ਮਾਰਚ 29 ਤੱਕ 2,421 ਡੈਥ ਹੋ ਚੁੱਕੀਆਂ ਨੇ ਅਗਰ ਅਸੀਂ ਦੇਖੀਏ ਧਿਆਨ ਨਾਲ। ਅਤੇ ਇਹਨਾਂ ਦੀ ਜਿਹੜੀ ਪ੍ਰੋਜੈਕਸ਼ਨ ਸੀਗੀ ਉਹ ਸੀਗੀ ਕਿ ਅਪ੍ਰੈਲ 13 ਨੂੰ ਜਿਹੜੀਆਂ ਸੀਗੀਆਂ ਟੋਟਲ ਡੈਥ ਇਹਨਾਂ ਨੇ ਪ੍ਰੋਜੈਕਟ ਕੀਤੀਆਂ ਸੀ 2,340 ਡੈਥ ਹੋਣਗੀਆਂ, ਪਰ ਹਜੇ 15 ਦਿਨ ਪਏ ਨੇ ਅਤੇ ਆਲਰੇਡੀ ਅਸੀਂ 2,400 ਦਾ ਮਾਰਕ ਕ੍ਰੋਸ ਕਰ ਚੁੱਕੇ ਹਾਂ। ਇਹ ਅਗਰ ਅਸੀਂ ਉਹਨਾਂ ਦੀ ਪ੍ਰੋਜੈਕਸ਼ਨ ਨਾਲ ਜਾਈਏ ਅਤੇ ਇਹਨਾਂ ਨੇ ਕਿਹਾ ਹੈਗਾ ਅਗਸਤ 3 ਤੱਕ 2020 ਤੱਕ 81,000 ਡੈਥ ਹੋਣਗੀਆਂ, ਪਰ ਆਲਰੇਡੀ ਅੱਜ ਜਿਹੜੀ ਸਟੇਟਮੈਂਟ ਆਈ ਹੈ ਡਾਕਟਰ ਫੌਸੀ ਦੀ ਜੋ ਕਿ ਐਲਰਜੀ ਇਮਿਊਨੋਲੋਜੀ ਦੇ ਹੈੱਡ ਹੈਗੇ ਨੇ CDC ਦੇ, ਉਹਨਾਂ ਨੇ ਕਿਹਾ ਹੈ ਕਿ US ਕੁਡ ਸੀ ਮਿਲੀਅਨਸ ਆਫ ਕੇਸਿਸ ਐਂਡ 100,000 ਤੋਂ ਉੱਪਰ ਜ਼ਿਆਦਾ ਡੈਥ ਹੋਣਗੀਆਂ। ਇਸ ਕਰਕੇ ਬੜਾ ਇੰਪੋਰਟੈਂਟ ਹੈ ਕਿ ਅਸੀਂ ਜਿੰਨਾ ਹੋ ਸਕੇ ਇਹਦੇ ਬਾਰੇ ਜਾਣੀਏ। ਇੱਕ ਬੜਾ ਇੰਪੋਰਟੈਂਟ ਸਵਾਲ ਲੋਕ ਪੁੱਛ ਰਹੇ ਨੇ ਕਿ ਸਾਨੂੰ ਕਿਤਾਬ ਪਤਾ ਲੱਗੇਗਾ ਕਿ ਫਲੂ ਹੈ ਕਿ ਕੋਵਿਡ-19 ਦੀ ਡਿਜ਼ੀਜ਼ ਹੈ, ਔਰ ਇਹ ਜ਼ਰੂਰੀ ਵੀ ਹੈ, ਕਨਫਿਊਜ਼ਨ ਹੁੰਦਾ ਵੀ ਹੈ ਕਿਉਂਕਿ ਦੋਨੋਂ ਵਾਇਰਲ ਡਿਜ਼ੀਜ਼ ਨੇ ਔਰ ਦੋਨਾਂ ਦੇ ਸਿਮਟਮਸ ਆਲਮੋਸਟ ਇੱਕੋ ਜਿਹੇ ਨੇ ਔਰ ਦੋਨੋਂ ਰੈਸਪਰੀ ਡਰੋਪਲੇਟਸ ਦੇ ਨਾਲ ਹੀ ਫੈਲਦੀਆਂ ਨੇ। ਇਸ ਕਰਕੇ ਬੜਾ ਇੰਪੋਰਟੈਂਟ ਅਸੀਂ ਕਿੱਦਾਂ ਡਿਫੀਸ਼ੀਐਂਟ ਕਰਨਾ ਹੈਗਾ, ਔਰ ਦੋਨਾਂ ਦੇ ਵਿੱਚ ਕੌਫ ਹੋਏਗੀ, ਤੁਹਾਨੂੰ ਖਾਂਸੀ ਲੱਗੇਗੀ, ਬੁਖਾਰ ਹੋ ਸਕਦਾ ਹੈ, ਬੋਡੀ ਟੁੱਟ ਸਕਦੀ ਹੈ, ਸਰੀਰ ਥਕਾਵਾਂ ਲੱਗਦਾ ਹੈ। ਇਹ ਇੰਪੋਰਟੈਂਟ ਅਸੀਂ ਦੇਖੀਏ ਕਿ ਫਲੂ ਦੇ ਵਿੱਚ ਜਿਹੜੇ ਸਿਮਟਮ ਨੇ ਉਹ 1 ਤੋਂ 4 ਦਿਨ ਦੇ ਵਿੱਚ ਹੋਣਗੇ, ਲੇਕਿਨ ਕੋਵਿਡ-19 ਦੇ ਵਿੱਚ ਵੀ 1 ਦਿਨ 'ਚ ਹੋ ਸਕਦੇ ਹੈ, ਪਰ ਕਈ ਵਾਰੀ 14 ਦਿਨ ਤੱਕ ਪੂਰੇ ਸਿਮਟਮ ਨਹੀਂ ਆਉਂਦੇ। ਇਸੇ ਕਰਕੇ ਜੋ ਸੈਲਫ ਕੁਆਰੰਟੀਨ ਕਰਦੇ ਹਾਂ ਅਸੀਂ 14 ਦਿਨ ਤੱਕ ਕਰਦੇ ਹਾਂ, ਕੋਈ ਗੌਰਮੈਂਟ ਦੇ ਬੰਦੋ ਬਾਹਰੋਂ ਜਾਂਦੇ ਹੈ ਉਹਨਾਂ ਨੂੰ 14 ਦਿਨ ਤੱਕ ਅਲੱਗ ਰੱਖਦੇ ਹੈ, ਕਿਉਂਕਿ ਇਹ 14 ਦਿਨ ਤੱਕ ਬਿਮਾਰੀ ਕਈ ਵਾਰੀ ਨਹੀਂ ਵੀ ਪਤਾ ਲੱਗਦੀ। ਇਨਫਲੂਐਂਜ਼ਾ ਵਾਇਰਸ ਜਿਹੜੀ ਹੈਗੀ ਹੈ ਉਹ ਇਨਫਲੂਐਂਜ਼ਾ ਵਾਇਰਸ ਜਿਹੜਾ ਕਰਦਾ ਉਹ ਫਲੂ ਕਰਦਾ ਹੈਗਾ, ਜਿਹੜਾ ਕੋਵਿਡ SARS-CoV-2 ਹੈਗਾ ਇਹ ਕੋਵਿਡ ਕਰਦਾ ਹੈਗਾ। ਇੱਕ ਹੋਰ ਬੜੀ ਇੰਪੋਰਟੈਂਟ ਗੱਲ ਹੈ, ਕਿਉਂਕਿ ਫਲੂ ਦਾ ਜਿਹੜਾ ਹੈਗਾ ਵਾਇਰਸ ਬੜੀ ਦੇਰ ਤੋਂ ਹੈਗਾ, ਬਹੁਤ ਸਾਰੀਆਂ ਇਹਦੇ ਬਾਰੇ ਵੈਕਸੀਨ ਵੀ ਬਣ ਚੁੱਕੀ ਹੈ, ਇਹਦੀ 2 ਤਰ੍ਹਾਂ ਦੀ ਦਵਾਈਆਂ ਵੀ ਆ ਚੁੱਕੀਆਂ ਸਪੈਸੀਫਿਕ। ਇਸ ਕਰਕੇ ਵਾਰ ਵਾਰ ਹੋਣ ਦੇ ਨਾਲ ਇਹ ਸਾਡੀ ਬਾਡੀ ਦੇ ਵਿੱਚ ਹਿਊਮਨਸ ਦੇ ਵਿੱਚ ਇਹਦੀ ਕਾਫੀ ਇਮਿਊਨਿਟੀ ਹੈਗੀ ਹੈ, ਸੋ ਕੰਪਲੀਕੇਸ਼ਨ ਜਿਹੜੀਆਂ ਹੋਣੀਆਂ ਨੇ ਉਹ ਘੱਟ ਨੇ ਔਰ ਠੀਕ ਜਲਦੀ ਹੋ ਜਾਂਦਾ ਹੈ। ਲੇਕਿਨ ਅਗਰ ਇਹਦੀਆਂ ਕੰਪਲੀਕੇਸ਼ਨਸ ਦੇਖੀਏ ਜਿੱਦਾਂ ਕਿ ਰੈਸਪੀਰੇਟਰੀ ਇਲਨੈਸ ਹੈਗੀਆਂ ਜਿਵੇਂ ਨਮੋਨੀਆ ਹੈਗਾ ਜਾਂ ਡੈਥ ਵੀ ਹੋ ਸਕਦੀ ਹੈ, ਉਹ ਹਜੇ ਨਹੀਂ ਹੈ। ਔਰ ਇਹਦੇ ਬਾਰੇ ਇੰਪੋਰਟੈਂਟ ਇਹ ਹੈ ਕਿ ਸਾਡੇ ਕੋਲ ਕੋਈ ਵੈਕਸੀਨ ਜਾਂ ਕੋਈ ਟ੍ਰੀਟਮੈਂਟ ਕੋਵਿਡ-19 ਦੀ ਨਹੀਂ ਹੈਗੀ। ਇਸ ਕਰਕੇ ਬੜਾ ਹੀ ਜ਼ਰੂਰੀ ਹੈ ਕਿ ਅਸੀਂ ਜਾਗਰੂਕਤਾ ਰੱਖੀਏ ਔਰ ਜਿੰਨਾ ਹੋ ਸਕੇ ਅਸੀਂ ਇਹਦੇ ਬਾਰੇ ਬਚਾਅ ਕਰਕੇ ਰੱਖੀਏ। ਇਹ ਅਸੀਂ ਦੇਖੀਏ ਕਿ ਇਹ ਕੌਣ ਫੈਲਾ ਸਕਦਾ ਹੈ। ਉਹਨਾਂ ਨੇ ਕਿਹਾ ਹੈ ਕਿ ਜਿਸ ਨੂੰ ਵੀ ਇਹ ਇਨਫੈਕਸ਼ਨ ਇੱਕ ਵਾਰੀ ਹੋ ਚੁੱਕਿਆ ਹੈ ਉਹ ਬਿਮਾਰੀ ਫੈਲਾ ਸਕਦਾ ਹੈ। ਅਗਰ ਵੇਖਿਆ ਜਾਏ ਇਹਦੇ ਵਿੱਚ ਤਾਂ 2 ਤਰ੍ਹਾਂ ਦੇ ਅਸੀਂ ਇਨਫੈਕਸ਼ਨ ਮੰਗ ਸਕਦੇ ਹਾਂ। ਇੱਕ ਤਾਂ ਇਨਫੈਕਸ਼ਨ ਜਿਹਨਾਂ ਨੂੰ ਵਾਕਈ ਸਿਮਟਮ ਹੋ ਗਏ, ਉਹਦੀ ਵਾਇਰਸ ਆ ਗਿਆ, ਉਹਨਾਂ ਨੂੰ ਸਿਮਟਮ ਹੋ ਗਏ ਜਿਵੇਂ ਕੌਫ ਹੋ ਗਿਆ, ਫੀਵਰ ਹੋ ਗਿਆ। ਕੁਝ ਐਸੇ ਲੋਕ ਨੇ ਜਿਹਨਾਂ ਕਿ ਅਸੀਂ ਗੱਲ ਕੀਤੀ ਹੈ ਕਿ 1 ਤੋਂ ਲੈ ਕੇ 14 ਦਿਨ ਤੱਕ ਬਿਮਾਰੀ ਆ ਸਕਦੀ ਪਰ ਹਜੇ ਸਿਮਟਮ ਨਹੀਂ ਆਏ, ਅਸੀਂ ਉਹਨਾਂ ਨੂੰ ਕਹਿੰਦੇ ਹਾਂ ਪ੍ਰੀ ਸਿਮਟੋਮੈਟਿਕ।
ਸੋ ਬੜਾ ਇੰਪੋਰਟੈਂਟ ਹੈ ਅਸੀਂ ਧਿਆਨ ਰੱਖੀਏ ਕਿ ਇਹ ਜ਼ਰੂਰੀ ਨਹੀਂ ਹੈ ਕਿ ਜਿਹੜੇ ਬੰਦੇ ਨੂੰ ਅਸੀਂ ਮਿਲਦੇ ਹਾਂ ਅਗਰ ਉਹਨੂੰ ਕਾਫ ਜਾਂ ਫੀਵਰ ਨਹੀਂ ਹੈ ਤਾਂ ਉਹਨੂੰ COVID-19 ਡਿਜ਼ੀਜ਼ ਨਹੀਂ ਹੈ, ਇਹ ਜ਼ਰੂਰੀ ਨਹੀਂ ਹੈ, ਉਹਨੂੰ ਫਿਰ ਵੀ ਡਿਜ਼ੀਜ਼ ਹੋ ਸਕਦੀ ਹੈ। ਐਕਚੁਲੀ ਉਹਨਾਂ ਨੇ ਦੇਖਿਆ ਸਟੱਡੀਜ਼ ਦੇ ਵਿੱਚ ਕਿ 48% ਕੇਸਿਸ ਸਿੰਗਾਪੁਰ ਦੇ ਵਿੱਚ, 62% ਕੇਸਿਸ ਚਾਈਨਾ ਦੇ ਵਿੱਚ ਜਿਹੜੇ ਸੀਗੇ ਉਹ ਸਪਰੈਡ ਹੋਏ ਆ ਪ੍ਰੀ ਸਿਮਟੋਮੈਟਿਕ ਲੋਕਾਂ ਨਾਲੋਂ, ਮੀਨਸ ਉਹ ਆਪ ਹਜੇ ਸਿੱਕ ਨਹੀਂ ਸੀਗੇ, ਬਾਅਦ 'ਚ ਉਹਨਾਂ ਇਨਫੈਕਸ਼ਨ ਹੋਇਆ। ਔਰ ਇਹ ਬੜਾ ਇੰਪੋਰਟੈਂਟ ਹੈ, ਇਸ ਕਰਕੇ 14 ਦਿਨ ਤੱਕ ਕੁਆਰੰਟਾਈਨ ਕੀਤਾ ਜਾਏ। ਇੱਕ ਹੋਰ ਲੋਕ ਸਵਾਲ ਪੁੱਛਦੇ ਵੈਦਰ ਦਾ ਕੋਈ ਇਫੈਕਟ ਹੈਗਾ, ਹਾਂਜੀ ਵੈਸੇ ਵੈਦਰ ਦਾ ਇਹ ਦੱਸਿਆ ਗਿਆ ਹੈਗਾ ਕਿ ਜਿਤਨੇ ਵੀ ਕੇਸਿਸ ਜਿਹੜੇ ਹੋਏ ਨੇ ਉਹ ਵਾਇਰਲ ਜਦੋਂ ਬੈਸਟ ਟ੍ਰਾਂਸਮਿਟ ਹੋਇਆ ਜ਼ਿਆਦਾ ਤੋਂ ਜ਼ਿਆਦਾ ਉਹ ਹੋਇਆ 3 to 13 degrees Celsius ਜਾਂ 37 to 55 degrees Fahrenheit ਦੇ ਟੈਂਪਰੇਚਰ ਦੇ ਵਿਚਕਾਰ। ਉਹਨਾਂ ਨੇ ਦੇਖਿਆ ਹੈਗਾ ਕਿ ਜਿਹੜੇ ਨੇ 18 degrees ਤੋਂ ਉੱਪਰ ਅਗਰ ਟੈਂਪਰੇਚਰ ਹੈਗਾ ਤਾਂ ਇਹਦੀ ਟ੍ਰਾਂਸਮਿਸ਼ਨ ਰੇਟ less than 5% ਹੈ। ਸੋ ਜਿੱਦਾਂ ਜਿੱਦਾਂ ਮੌਸਮ ਬਦਲ ਰਿਹਾ ਕੁਦਰਤੀ, ਹੋਪਫੁਲੀ ਉਹਦੇ ਨਾਲ ਵੈਸੇ ਵਾਇਰਸ ਥੋੜ੍ਹਾ ਘਟੇਗਾ। ਲੋਕ ਇਹ ਵੀ ਪੁੱਛਦੇ ਕਿ ਸੋਸ਼ਲ ਡਿਸਟੈਂਸਿੰਗ ਕੀ ਹੈ, ਇਹਨੂੰ ਅਸੀਂ ਸੈਲਫ ਕੁਆਰੰਟਾਈਨ ਵੀ ਕਹਿੰਦੇ ਹਾਂ। ਇਹ ਅੱਜ ਕੱਲ੍ਹ ਬੜਾ ਜ਼ਰੂਰੀ ਹੈ ਕੋਰੋਨਾ ਵਾਇਰਸ ਲਈ, ਕਿਉਂਕਿ ਦਿਸ ਇਜ਼ ਆਲ ਵੀ ਹੈਵ। ਸਾਡੇ ਕੋਲ ਨਾ ਕੋਈ ਟ੍ਰੀਟਮੈਂਟ ਹੈ ਨਾ ਕੋਈ ਵੈਕਸੀਨ ਹੈ, ਅਸੀਂ ਕਰ ਜੋ ਕਰ ਸਕਦੇ ਹਾਂ ਉਹ ਬਚਾਅ ਕਰ ਸਕਦੇ ਹਾਂ। ਇਸੇ ਕਰਕੇ ਗੌਰਮੈਂਟ ਨੇ March 16 ਤੋਂ ਲੈ ਕੇ ਸਕੂਲ, ਚਰਚਿਸ, ਰੈਸਟੋਰੈਂਟ ਸਭ ਬੰਦ ਕਰਤੇ, ਟਰੈਵਲ ਰਿਸਟ੍ਰਿਕਸ਼ਨਸ ਲਗਾ ਦਿੱਤੀਆਂ ਸੀਗੀਆਂ। ਅਸੀਂ ਇਹ ਕਿਉਂਕਿ ਹਾਈਲੀ ਕੰਟੀਜੀਅਸ ਵਾਇਰਸ ਹੈ, ਇਸ ਕਰਕੇ ਬੜਾ ਇੰਪੋਰਟੈਂਟ ਹੈ ਅਸੀਂ ਉਹਨੂੰ ਫੋਲੋ ਕਰੀਏ। ਇਹ ਇੱਕ ਸਾਡੇ ਮਾਇੰਡ ਸੈੱਟ ਦੀ ਗੱਲ ਹੈ। ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਮੈਂ ਘਰ ਬੰਦ ਹੋ ਗਿਆ, ਜਾਂ ਅਸੀਂ ਇਹ ਵੀ ਕਹਿ ਸਕਦੇ ਹਾਂ ਮੈਂ ਘਰ 'ਚ ਸੇਫ ਹਾਂ। ਇਸ ਕਰਕੇ ਬੜਾ ਇੰਪੋਰਟੈਂਟ ਹੈ ਅਸੀਂ ਖਿਆਲ ਰੱਖੀਏ ਇਹਦਾ ਔਰ ਇਹਨੂੰ ਫੋਲੋ ਕਰੀਏ। ਇੱਕ ਲੋਕ ਪੁੱਛਦੇ ਸ਼ੈਲਟਰ ਇਨ ਪਲੇਸ ਕੀ ਹੈ, ਇਹਦਾ ਮਤਲਬ ਆਪ ਆਪਣੇ ਘਰਾਂ 'ਚ ਰਹਿਣਾ। ਇਹ ਕਿਤੇ ਹੀ ਲਾਗੂ ਹੋਇਆ, ਸੈਲਫ ਕੁਆਰੰਟਾਈਨ ਔਰ ਸ਼ੈਲਟਰ ਇਨ ਪਲੇਸ ਥੋੜ੍ਹਾ ਫਰਕ ਹੈ। ਜਿਹੜੇ ਸ਼ੈਲਟਰ ਇਨ ਪਲੇਸ 'ਚ ਹੈਗਾ ਕਿ ਤੁਸੀਂ ਗੈਦਰਿੰਗ ਨਹੀਂ ਕਰ ਸਕਦੇ, ਇਸੇ ਕਰਕੇ ਗੁਰਦੁਆਰੇ, ਚਰਚਿਸ ਵਗੈਰਾ ਬੰਦ ਹੈਗੇ ਨੇ। ਓਨਲੀ ਤੁਸੀਂ ਐਸੈਂਸ਼ੀਅਲ ਵਰਕ ਲਈ, ਜੋ ਐਸੈਂਸ਼ੀਅਲ ਜੋਬ ਹੈ, ਕੋਈ ਡਾਕਟਰ ਹੈ ਜਾਂ ਕੋਈ ਹੈਲਥ ਫਾਰਮੇਸੀ ਨੇ ਜਾਂ ਫੂਡ ਗਰੋਸਰੀ ਲੈਣ ਜਾਣਾ, ਉਹਦੇ ਲਈ ਜਾ ਸਕਦੇ ਹੋ। ਔਰ ਬੜਾ ਇੰਪੋਰਟੈਂਟ ਹੈ ਕਿ 6 feet ਤੋਂ ਉੱਪਰ ਡਿਫੈਂਸ ਬਣਾ ਕੇ ਰੱਖਿਆ ਜਾਏ। ਇਹ ਛੋਟੀਆਂ ਛੋਟੀਆਂ ਗੱਲਾਂ ਨੇ, ਲੇਕਿਨ ਇਹਨਾਂ ਨੂੰ ਬਾਰ ਬਾਰ ਸੁਣਨ ਨਾਲ ਅਸੀਂ ਇਹਨਾਂ ਬਾਰੇ ਸਮਝ ਵੀ ਸਕਦੇ ਹਾਂ। ਇਹ ਬੜਾ ਇੰਪੋਰਟੈਂਟ ਹੈ, ਅਸੀਂ ਆਪਦਾ ਸ਼ੁਕਰਾਨਾ ਵੀ ਕਰਦੇ ਹਾਂ ਕਿ ਆਪਨੇ ਸਾਨੂੰ ਇਹ ਸੇਵਾ ਬਖਸ਼ੀ ਹੈ। ਅਤੇ ਹੋ ਸਕਦਾ ਹੈ ਸਾਡੇ ਤੋਂ ਗਲਤੀ ਵੀ ਹੋਏ, ਪਲੀਜ਼ ਆਪ ਸਾਨੂੰ ਬਖਸ਼ੋ ਅਤੇ ਅੱਗੋਂ ਦੀ ਸੇਵਾ ਬਖਸ਼ੋ। ਅਤੇ ਅਸੀਂ ਇਹ ਬਾਰੇ ਜੋ ਹੋਰ ਵੀਡੀਓ ਸਾਨੂੰ ਬਾਰ ਬਾਰ ਲਿਆਵਾਂਗੇ ਉਹ ਹੈਗੀਆਂ ਨੇ, ਟੈਸਟਿੰਗ ਕਿਹੜੀ ਹੋ ਸਕਦੀ ਹੈ, ਕਿੱਥੇ ਹੋ ਸਕਦੀ ਹੈ, ਬਜ਼ੁਰਗਾਂ ਲਈ ਅਸੀਂ ਕੀ ਖਾਸ ਅਹਿਤਿਆਤ ਰੱਖ ਸਕਦੇ ਹਾਂ, ਡਾਇਟਰੀ ਰੈਕਮੈਂਡੇਸ਼ਨਸ ਕੀ ਨੇ, ਅਤੇ ਆਪਣੀ ਕੀ ਕਰ ਸਕਦੇ ਹਾਂ ਸਾਡੀ ਇਮਿਊਨਿਟੀ ਜਿਹੜੀ ਹੈ ਵਧੇ ਤਾਂ ਕਿ ਅਸੀਂ ਇਨਫੈਕਸ਼ਨ ਤੋਂ ਬਚ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਪਫੁਲੀ ਆਪ ਸਭ ਨੇ ਇਹ ਵੀਡੀਓ ਧਿਆਨ ਨਾਲ ਦੇਖੀ ਹੈ ਔਰ ਆਪ ਨੂੰ ਇਹਦੇ ਬਾਰੇ ਕੁਛ ਸਵਾਲ ਵੀ ਹੋਣਗੇ। ਜਿਵੇਂ ਅਸੀਂ ਕਿਹਾ ਸੀ, ਅਸੀਂ ਹੋਰ ਵੀਡੀਓਜ਼ ਵੀ ਭੇਜਾਂਗੇ ਨਿਊਟ੍ਰੀਸ਼ਨ ਬਾਰੇ ਅਤੇ ਅਸੀਂ ਕੋਰੋਨਾ ਵਾਇਰਸ ਬਾਰੇ। ਪਲੀਜ਼ ਇਸ ਦੇ ਬਾਰੇ ਆਪ ਨੂੰ ਕੋਈ ਵੀ ਸਵਾਲ ਹੋਏ ਤਾਂ ਪਲੀਜ਼ ਆਪ ਯੂਨਾਈਟਿਡ ਸਿੱਖਸ ਦੇ ਸਿੱਧੇ ਨੰਬਰ 'ਤੇ ਕਾਲ ਕਰ ਸਕਦੇ ਹਾਂ, 1-855-878-6333। ਅਗੇਨ 1-855-878-6333। ਆਪ ਸਿੱਧਾ ਇੰਟਰਨੈਸ਼ਨਲ ਹਿਊਮੈਨੀਟੇਰੀਅਨ ਏਡ ਡਾਇਰੈਕਟਰ ਗੁਰਵਿੰਦਰ ਸਿੰਘ ਜੀ ਨੂੰ ਵੀ ਪਹੁੰਚ ਸਕਦੇ ਹਾਂ। ਉਹਨਾਂ ਦਾ ਨੰਬਰ ਹੈਗਾ 4692226288। ਅਗੇਨ 4692226288। ਉਹਨਾਂ ਦੀ ਈਮੇਲ ਐਡਰੈਸ ਹੈਗਾ ਗੁਰਵਿੰਦਰ gurvinder@unitedsikhs.org। ਔਰ ਆਪਣੇ ਸਿੱਧਾ ਕੋਈ ਮੈਡੀਕਲ ਸਵਾਲ ਹੈ ਸਪੈਸੀਫਿਕਲੀ ਤਾਂ ਆਪ ਮੈਨੂੰ ਈਮੇਲ ਕਰ ਸਕਦੇ ਹੈਗੇ hsingh6811@outlook.com। ਅਗੇਨ hsingh6811@outlook.com। ਅਗੇਨ ਕੋਈ ਭੁੱਲਾਂ ਚੁੱਕਾਂ ਦੀ ਮਾਫ਼ੀ ਦੇਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।